सिद्धू मूसेवाले की हत्या तो बाद कड़े वो फैना वालों अपन बाहों के उत्ते जो सिद्धू मूसेवाले ने गाने दे विच बोलिया किदो मेरे गाने तो बाद मेरी बाहों के उत्ते टैटू बनाए जाएंगे। अज गल दसन जा रहे हैं जलंधर की, जलंधर के सिद्धू मूसेवाले के टैटू चीकू टैटू वालों बनाए जा रहे हैं फ्री। उसकी जो संजांजलि लगा लो ज उसके समर्थन के जो चीकू टैटू वालों फ्री टैटू बनाए जा रहे हैं। साढ़े नाल आप गलबात करते हैं भाई, 295 दे तुसीं टैटू बना रहे हो, की कारण है किहड़े सिद्धू मूसेवाले दे किहड़े तुसीं फ्री टैटू बनाए जा रहे हो? भाई उन्हां दी श्रद्धांजलि करके असीं फ्री ऑफ कॉस्ट कीता टैटू। अच्छा जी। उद्दां तां इहदा प्राइस हैगा 2500 तों लैके 3000 रुपए दे विच कॉस्ट है इहदी टैटू दी, ते असीं उहदे श्रद्धांजलि वास्ते फ्री ऑफ कॉस्ट कीता टैटू। गल करीए रोज दे किन्ने बंदे किहड़े टैटू बनाउण लई इत्थे पहुंचदे? घट तों घट 100 तों 150 बंदा भाई डेली आपां तों विजिट करदा वा। 150 बंदा बना रहे हैं, किहड़े इहदे पिन शाही किहड़ी वरती जाती है? लोग कदों फ्री चीज़ करते शाही तो पिन किहड़ी आ पुरानियां लगा देंदे ने लोगों का कहना है, तो तुसीं भाजी? नहीं आपां कोई भाजी यूज्ड कीता समान नहीं लगा रहे, सारा कुछ फ्रैश कस्टमर के सामने भाजी ओपन करीदा वा जिन्ना भी समान वा। अच्छा, कोई यूज्ड कीता नहीं भाजी। कल ये लंबे समय के विच है ना गांह जाके प्रॉब्लम आती है यूज्ड कीते समान की। ते गल करिए चीज़ क्यों चुनी गई सिद्धू मूसेवाले, 295 का की मतलब है? कि 295 295 भाई शॉर्ट फॉर्म आ जी उन्होंने डैथ की डेट आ, असी शॉर्ट फॉर्म 295 एक का 295 जो उन्होंने सोंग जी उन्होंने एक हिसाब से सच्चाई सी। तो लोग इतने आ रहे हैं, लोग सिर्फ कि टैटू बना रहे हो 295 का, सिर्फ थोड़े कोई है लोगों कि 295 का टैटू? 295 का होर भी कोई 59-11 कर रहा, कोई 295, कोई सिद्धू, कोई अपने अपना हरेक बंदे का कंसैप्ट आ। कोई मूसेवाला हरेक भाजी जिहड़ा भी करवा रहा वा है ना अपना बंदे दे अपने अपनी चॉइस होंदी आ। ਤੁਸੀਂ ਕਹਿ ਰਹੇ ਹੋ ਕਿੱਦਾਂ 2500-3000 ਰੁਪਏ ਦਾ ਟੈਟੂ ਬਣਦਾ ਹੈਗਾ, ਅਤੇ ਅੱਜ ਦੀ ਡੇਟ ਦੇ ਵਿੱਚ ਲਾਈਏ 100 ਬੰਦਾ ਜਾਂਦਾ ਅਤੇ ਕਿੰਨੇ ਪੈਸੇ ਕਿਹੜੇ ਲੱਗਦੇ ਆ, ਅਤੇ ਉੱਦਾਂ ਲਾਗਤ ਤੁਹਾਡੀ ਕਿੰਨੀ ਹੈਗੀ ਇਸ ਦੇ ਵਿੱਚ? 2500-3000 ਰੁਪਏ ਆ ਉਹਦਾ ਸਟਾਰਟਿੰਗ ਪ੍ਰਾਈਜ਼ ਆ ਸਾਡਾ, ਇਹ ਨੇਮ ਦੀ ਕੋਸਟ 2500-3000 ਰੁਪਏ ਆ। ਅੱਛਾ। ਅਤੇ ਅਸੀਂ ਉਹਨਾਂ ਦੀ ਸ਼ਰਧਾਂਜਲੀ ਵਾਸਤੇ ਫ੍ਰੀ ਆਫ ਕੋਸਟ ਕੀਤਾ ਵਾ ਵਿਦ ਐਂਡ ਵੀਕ, ਜਿੱਦਾਂ ਇੱਕ ਹਫ਼ਤੇ ਵਾਸਤੇ ਆ। ਇੱਕ ਹਫ਼ਤੇ ਲਈ ਕਿਹੜਾ ਤੁਸੀਂ ਵੀਗਨ ਕਿਹੜਾ ਕੀਤਾ ਹੈਗਾ? ਇਹ ਮੂਸੇਵਾਲਾ 295। ਹਾਂਜੀ। ਅਤੇ ਕਿੰਨੇ ਲੋਕ ਸਿਰਫ ਜਲੰਧਰ ਦੇ ਆ ਰਹੇ ਜਾਂ ਬਾਹਰੋਂ ਵੀ ਆ ਰਹੇ? ਨਹੀਂ ਬਾਹਰੋਂ ਸਾਤੋਂ ਹੋਰ ਸਿਟੀ ਤੋਂ ਵੀ ਆ ਰਹੇ, ਕਾਫੀ ਦੂਰੋਂ ਦੂਰੋਂ ਬੰਦੇ ਆ ਰਹੇ ਆ। ਹੁਣ ਜਿੱਦਾਂ ਹੁਸ਼ਿਆਰਪੁਰ ਤੋਂ ਆਏ ਪਏ ਆ ਭਾਅ ਜੀ, ਦਸੂਏ ਤੋਂ, ਕੋਈ ਗੰਗਾਨਗਰ ਤੋਂ, ਫਾਜ਼ਿਲਕਾ ਤੋਂ, ਫਿਰੋਜ਼ਪੁਰ, ਸੰਤਾਨਪੁਰ ਤੋਂ, ਵੱਡੀਆਂ ਵੱਡੀਆਂ ਸਿਟੀਆਂ ਤੋਂ ਆ ਰਹੇ ਆ। ਜਿੱਦਾਂ ਮੰਨ ਲਓ ਤੁਸੀਂ ਦੇਖਿਆ ਅਸੀਂ ਗੱਲਬਾਤ ਕੀਤੀ ਗਈ ਹੈ, ਸਾਡੇ ਨਾਲ ਇੱਥੇ ਮੈਡਮ ਵੀ ਹੈ ਟੈਟੂ ਬਣਾ, ਤੁਸੀਂ ਅੱਜ ਟੈਟੂ ਬਣਾਉਣ ਲਈ ਆਏ ਹੋ, ਤੁਹਾਨੂੰ ਕਿੱਦਾਂ ਪਤਾ ਲੱਗਿਆ ਇੱਥੇ ਟੈਟੂ ਕਿਹੜੇ ਸਿੱਧੂ ਮੂਸੇਵਾਲੇ? ਮੈਂ ਇੰਸਟਾਗ੍ਰਾਮ 'ਤੇ ਐਡ ਦੇਖੀ ਸੀ, ਉਹਦੇ ਵਿੱਚ ਸੀਗਾ ਕਿ ਸਿੱਧੂ ਮੂਸੇਵਾਲੇ ਦਾ ਨਾਮ ਔਰ 295, ਬਟ ਮੈਂ ਉਹਦੇ ਵਿੱਚ ਐਡ ਔਨ ਮਤਲਬ ਗਨ ਕਰਵਾਈ ਆ। ਅੱਛਾ, ਅਤੇ ਪਹਿਲੇ ਤੁਸੀਂ ਇਹਨਾਂ ਨਾਲ ਗੱਲਬਾਤ ਕੀਤੀ ਗਈ ਹੈ ਜਾਂ ਸਿੱਧਾ ਹੀ ਆਏ? ਨਹੀਂ ਮੈਂ ਪਹਿਲਾਂ ਉਹਨਾਂ ਨੂੰ ਮੈਸੇਜ ਕੀਤਾ ਸੀ, ਕਾਲ ਵੀ ਕੀਤੀ ਸੀਗੀ, ਉਹਨਾਂ ਨੇ ਆਪਣਾ ਐਡਰੈਸ ਵੀ ਭੇਜਿਆ। ਉਸ ਤੋਂ ਬਾਅਦ ਤੁਸੀਂ ਗਨ ਬਣਾ ਰਹੇ ਹੋ ਸਿੱਧੂ ਮੂਸੇਵਾਲੇ ਦੇ, ਇਸ ਦੇ ਬਾਰੇ ਘਰਦਿਆਂ ਨਾਲ ਗੱਲਬਾਤ ਕੀਤੀ ਸੀ ਐਵੇਂ ਮੈਂ ਟੈਟੂ ਬਣਾ ਲਈ ਜਾ ਰਹੀ? ਹਾਂਜੀ ਮੰਮਾ ਨੇ ਕਿਹਾ, ਮਤਲਬ ਕੁਛ ਨਹੀਂ, ਉਹਨਾਂ ਨੇ ਕੁਛ ਨਹੀਂ ਬੋਲਿਆ, ਕਹਿੰਦੇ ਠੀਕ ਆ। ਅੱਛਾ, ਹਾਂਜੀ। ਤੁਸੀਂ ਦੇਖ ਰਹੇ ਹੋ ਕਿਹੜੀਆਂ ਲੋ ਫੈਨ ਜੋ ਸਿੱਧੂ ਮੂਸੇਵਾਲੇ ਦੇ ਆ, ਲੋਕ ਕਿੱਦਾਂ ਦੂਰ ਦੂਰ ਤੋਂ ਕਿਹੜੇ ਫੈਨ ਹੈ ਉਹ ਇੱਥੇ ਆ ਕੇ ਟੈਟੂ ਬਣਾਏ ਜਾ ਰਹੇ ਨੇ। ਤੁਸੀਂ ਦੇਖ ਰਹੇ ਹੋ ਟੈਟੂ ਦੇ ਵਿੱਚ ਸਿੱਧੂ 295, ਜਿਸ ਦੀ ਮੌਤ 29-5 ਨੂੰ ਹੋਈ ਸੀ, ਉਹ 295 ਦਾ ਕਿਹੜਾ ਟੈਗ ਇੱਥੇ ਲੋਗੋ ਲਾਇਆ ਜਾ ਰਿਹਾ। ਕਿਹੜੀ ਜਗ੍ਹਾ ਤੋਂ ਆਇਓ ਭਾਜੀ? ਭਾਜੀ ਜਲੰਧਰ ਲੋਕਲ ਲਈ। ਜਲੰਧਰ ਤੋਂ ਤੁਹਾਨੂੰ ਕਿੱਦਾਂ ਪਤਾ ਲੱਗਿਆ ਇੱਥੇ 295 ਕਿਹੜਾ ਸੀ? ਭਾਜੀ ਇੰਸਟਾ ਤੋਂ। ਅੱਛਾ, ਹਾਂਜੀ ਇੰਸਟਾ ਤੋਂ ਪਤਾ ਚੱਲਿਆ। ਫੈਨ ਹੋ ਸਿੱਧੂ? ਹਾਂਜੀ ਹਾਂਜੀ ਪੂਰੇ ਜੀ, ਮੈਂ ਖੁਦ ਸਿੱਧੂ ਹਾਂ ਜੀ। ਹਾਂਜੀ ਹਾਂਜੀ ਮੈਂ ਇੱਕ ਹੋਰ ਪੁੱਛਣਾ ਚਾਹੁੰਦਾ, ਕਿੱਦਾਂ ਇੰਸਟਾ ਦੇ ਵਿੱਚ ਲੋਕ ਅਪਲਾਈ ਕਰਦੇ ਅਤੇ ਉਹਨਾਂ ਨੂੰ ਤੁਸੀਂ ਅਪੋਇੰਟਮੈਂਟ ਦਿੰਦੇ ਹੋ ਜਾਂ ਕਿੱਦਾਂ ਉਹਨਾਂ ਨੂੰ ਬੁਲਾਉਂਦੇ? ਜਿਹਨਾਂ ਦਾ ਆਪਣਾ ਪਰਸਨਲ ਟੈਟੂ ਕਰਵਾਉਣਾ ਵਾ, ਜਿੱਦਾਂ ਮੰਨ ਲਓ ਵੀ ਕਿਸੇ ਨੇ ਆਪਣਾ ਨਾਮ ਲਿਖਵਾਉਣਾ, ਉਹਦੀ ਪਰਸਨਲ ਅਪੋਇੰਟਮੈਂਟ ਆ, ਉਹ ਫਿਰ ਅਸੀਂ ਨਾਈਟ ਵਰਕ ਕਰੀਦਾ ਵਾ। ਅੱਛਾ, ਅਤੇ ਮੈਂ ਇਹ ਚੀਜ਼ ਕਰ ਰਿਹਾ, ਇੱਕ ਟੈਟੂ ਨੂੰ ਕਿੰਨਾ ਟਾਈਮ ਲੱਗਦਾ? ਇੱਕ ਟੈਟੂ ਨੂੰ ਘੱਟੋ ਘੱਟ 1.5-2 ਘੰਟਾ ਲੱਗਦਾ ਵਾ। ਹੁਣ 1.5-2 ਘੰਟਾ ਕਿਹੜਾ ਇੱਕ ਟੈਟੂ ਨੂੰ ਲੱਗਦਾ ਹੋਏਗਾ, ਅਤੇ ਕਮ ਸੇ ਕਮ ਵੀ 100 ਬੰਦੇ ਵਿਜਿਟ ਕਰਦੇ ਆ, ਅਤੇ ਸ਼ਾਮ ਰਾਤ ਦੇ 8-9 ਵੱਜ ਜਾਂਦੇ ਹੋਣਗੇ। ਹਾਂਜੀ ਟਾਈਮ ਤਾਂ ਭਾਅ ਜੀ ਲੱਗਦਾ ਹੀ, ਹੁਣ ਜਿਹੜੇ ਕਸਟਮਰਾਂ ਨੂੰ ਟਾਈਮ ਦਿੱਤਾ ਵਾ ਉਹਨਾਂ ਦੇ ਕਰਨਾ ਜ਼ਰੂਰ ਆ। ਕੋਈ ਬੰਦਿਆਂ ਦੀ ਕੋਲਸ ਆ ਰਹੀ ਆ ਵੀ ਭਾਅ ਜੀ ਫੇਕ ਤਾਂ ਨਹੀਂ ਆ, ਆਪਾਂ ਕਿਹਾ ਭਾਅ ਜੀ ਵਿਜਿਟ ਕਰੋ ਸ਼ੋਪ 'ਤੇ, ਤੁਹਾਨੂੰ ਪਤਾ ਲੱਗ ਜੂਗਾ। ਇਸ ਕਰਕੇ ਕਾਫੀ ਕਸਟਮਰ ਜਿੱਦਾਂ ਸਾਨੂੰ ਪਤਾ ਲੱਗ ਰਿਹਾ ਵਾ ਵੀ ਉਹਨਾਂ ਦੇ ਫੈਨਸ ਜਿਹੜੇ ਆ ਵੀ ਉਹ ਆਉਂਦੇ ਆ ਵੀ ਸਾਡੇ ਕੋਲ ਸ਼ੋਪ 'ਤੇ। ਖਰਚਾ ਕਿੰਨਾ? ਮੈਂ ਇਹਦੀ ਸ਼ਾਹੀ ਪਿੰਨ ਦਾ ਖਰਚਾ ਕਿਹੜਾ, ਤੁਸੀਂ ਰੋਜ਼ ਦਾ ਇੱਕ ਹਫ਼ਤੇ ਦਾ ਤੁਸੀਂ ਕੈਂਪ ਲਾਇਆ ਫ੍ਰੀ ਕਿਹੜਾ ਸਿੱਧੂ ਮੂਸੇਵਾਲੇ ਸ਼ਰਧਾਂਜਲੀ ਲਈ, ਇੱਕ ਖਰਚਾ ਕਿੰਨਾ ਆਉਂਦਾ ਹੋਏਗਾ ਕਦੋਂ ਆਪਾਂ ਸਮਾਨ ਲੈਣ ਜਾਈਏ?
ਸਮਾਨ ਜਦੋਂ ਲਈਦਾ ਇਕੱਠਾ ਭਾਅ ਜੀ ਆਰਡਰ ਹੁੰਦਾ ਵਾ ਸਾਡਾ ਤਾਂ ਜਿੱਦਾਂ ਮੰਨ ਲਓ ਹੁਣ ਸਮਾਨ ਤਾਂ ਭਾਅ ਜੀ ਜਿੱਦਾਂ ਕੋਸਟਲੀ ਆ ਮੈਂ ਇਹਦਾ ਪ੍ਰਾਈਜ਼ ਨਹੀਂ ਕਿਸੇ ਨੂੰ ਸ਼ੇਅਰ ਕਰ ਸਕਦਾ ਵਾ ਇਹ ਸਾਡਾ ਪਰਸਨਲ ਡਿਸਕਸ ਆ ਤੁਸੀਂ ਦੇਖਿਆ ਅਸੀਂ ਗੱਲਬਾਤ ਕੀਤੀ ਗਈ ਹੈ ਦੁਕਾਨਦਾਰਾਂ ਨਾਲ ਅਤੇ ਸਿੱਧੂ ਮੂਸੇਵਾਲੇ ਦੇ ਜੋ ਫੈਨ ਹੈ ਉਹ ਅੱਜ ਇੱਥੇ ਜਲੰਧਰ ਦੇ ਵਿੱਚ ਪਹੁੰਚੇ ਨੇ ਅਲੱਗ ਅਲੱਗ ਇੱਕ ਹਫ਼ਤੇ ਦਾ ਜਿਹੜਾ ਇਹਨਾਂ ਨੇ ਲਗਾਇਆ ਸਿੱਧੂ ਮੂਸੇਵਾਲੇ ਦੇ ਜੋ ਫੈਨ ਹੈ ਉਹ ਫ੍ਰੀ ਇੱਥੇ ਟੈਟੂ ਬਣਾ ਸਕਦੇ ਨੇ ਅਲੱਗ ਅਲੱਗ ਤਰ੍ਹਾਂ ਦੇ ਟੈਟੂ ਹੈ ਕੋਈ ਗਨ ਬਣਾ ਕੇ 295 ਲਿਖਾ ਰਿਹਾ ਕੋਈ ਸਿੱਧੂ 295 ਲਿਖਾ ਰਿਹਾ ਤੁਹਾਨੂੰ ਅਸੀਂ ਦੱਸ ਦਈਏ ਕਿਹੜੀ ਸਿੱਧੂ ਦੀ ਮੌਤ ਹੈ 295 ਦਾ ਮਤਲਬ ਹੈ 29/5 ਨੂੰ ਕਿਹੜੀ ਉਸਦੀ ਮੌਤ ਹੋਈ ਹੈ ਉਸਨੇ ਗਾਣੇ ਦੇ ਵਿੱਚ ਵੀ 295 ਲਿਖਿਆ ਸੀ ਬੋਲਿਆ ਸੀ ਅਤੇ ਅੱਜ ਉਹੀ ਯਾਦ ਦੇ ਵਿੱਚ ਅੱਜ ਜਲੰਧਰ ਦੇ ਵਿੱਚ ਚੀਕੂ ਟੈਟੂ ਵੱਲੋਂ ਜੋ ਲੋਗੋ ਬਣਾਏ ਜਾ ਰਹੇ ਨੇ ਲੋਕਾਂ ਦੀ ਬਾਹਾਂ ਦੇ ਉੱਤੇ ਤੁਸੀਂ ਦੇਖ ਰਹੇ ਹੋ ਇਸੀ ਗਾਣੇ ਦੇ ਵਿੱਚ ਫੈਨ ਦੇ ਵਿੱਚ ਉਹਨੇ ਇਹ ਵੀ ਇੰਨੀ ਗੱਲ ਕਹੀ ਸੀ ਮੇਰੇ ਕਦੋਂ ਮੇਰਾ ਗਾਣਾ ਆਏਗਾ ਮੇਰੇ ਫੈਨ ਕਿਹੜੇ ਆ ਉਹ ਆਪਣੀਆਂ ਬਾਹਾਂ 'ਤੇ ਟੈਟੂ ਬਣਾਏ ਜਾਣਗੇ ਅਤੇ ਇੱਥੇ ਟੈਟੂ ਤੁਸੀਂ ਦੇਖ ਰਹੇ ਹੋ ਲੋਗੋ ਅਲੱਗ ਅਲੱਗ ਸ਼ਹਿਰਾਂ ਦੇ ਵਿੱਚ ਬੰਦੇ ਹੋਣਗੇ ਕਿਹੜਾ ਚੀਕੂ ਟੈਟੂ ਹੈ ਉਹ ਫ੍ਰੀ ਇੱਕ ਹਫ਼ਤੇ ਦਾ ਕਿਹੜਾ ਇੱਥੇ ਕੈਂਪ ਲਗਾਇਆ ਵਾ ਲੋਕ ਇੱਥੇ 100 ਦੇ ਕਰੀਬ ਕਿਹੜੇ ਇੱਥੇ ਲੋਕ ਆਉਂਦੇ ਨੇ ਅਤੇ ਟੈਟੂ ਬਣਾ ਕੇ ਜਾ ਰਹੇ ਨੇ ਕੈਮਰਾਮੈਨ ਦੇਵਰਾਜ ਦੇ ਨਾਲ ਸੋਨੂ ਮਹਾਜਨ ਪੰਜਾਬ ਕੇਸਰੀ ਟੀਵੀ ਜਲੰਧਰ